ਇਹਨ ਸਰਕਾਰਾਂ ਨੂੰ ਜ਼ਰੂਰ ਧਿਆਨ ਦੇਣਾ। ਜੀ। ਕਿ ਜਿਵੇਂ ਵੇਖੋ ਪ੍ਰਾਈਵੇਟ ਕੰਪਨੀਆਂ ਆਲੂ ਪੈਦਾ ਕਰਕੇ ਉਹ ਆਪਦਾ ਮਹਿੰਗੇ ਭਾਅ 'ਚ ਵੇਚ ਰਹੀਆਂ। ਇਸੇ ਤਰ੍ਹਾਂ ਜ਼ਿਮੀਦਾਰ ਦੇ ਨਾਲ ਕੋਈ ਉਹਨਾਂ ਨੂੰ ਵੀ ਇਹੋ ਜਿਹਾ ਕਰਨਾ ਚਾਹੀਦਾ ਜਿਹੜਾ ਉਹ ਦੂਸਰੇ ਮੁਲਕ ਨੂੰ ਆਲੂ ਭੇਜਣ ਤੇ ਜ਼ਿਮੀਦਾਰ ਦਾ ਨੁਕਸਾਨ ਨਾ ਹੋਵੇ। ਪਹਰ ਡਿਮਾਂਡ ਕਿਹੜੀ ਜ਼ਿਆਦਾ ਹੈ ਇਸ ਵਕਤ? ਗੁਜਰਾਤ 'ਚ ਗੱਲ ਕਰਦੀਆਂ ਤਾਂ ਕਿਹੜੀ ਡਿਮਾਂਡ ਜ਼ਿਆਦਾ ਹੈ? ਤੇ ਪੁਖਰਾਜ ਦੀ ਹੋਗੀ, ਸੰਟਾਨਾ ਤੇ ਐਲਰ। ਪੁਖਰਾਜ ਤੇ ਐਲਰ ਦੇ ਵਿੱਚ ਕੀ ਫਰਕ ਹੈ? ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ? ਫਖਰਾਜ ਟੇਬਲ ਵੈਰੈਟੀ ਆ ਵੀ ਇਹ ਕੱਚੇ ਦੀ ਪਟਾਈ ਵਾਸਤੇ ਆਊਟਸਟੇਟ ਜਾ ਰਿਹਾ ਜਿਹੜਾ ਦੂਸਰਾ ਇਹ ਪ੍ਰੋਸੈਸਿੰਗ ਚ ਆ ਜਾਂਦਾ ਐ ਐਲਰ ਜਿਹੜਾ ਹਾਂ ਇਹਦੀ ਚਿਪਸ ਬਣਦੀ ਆ ਪਾਊਡਰ ਬਣਦਾ ਐ ਤਾਂ ਇਹ ਫੈਕਟਰੀਆਂ ਵਾਸਤੇ ਵਰਤਿਆ ਜਾਂਦਾ ਐ ਲੱਗ ਪੀ ਹਰ ਸਾਲ ਅਸੀਂ ਨਵਾਂ ਲੈਣ ਦੀ ਕੋਸ਼ਿਸ਼ ਕਰਦੇ ਸੀ ਵੀ ਗਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਖੇਤਾਂ ਦੇ ਵਿੱਚ ਬੀਜ ਲੱਗ ਰਿਹਾ ਇਹਨੂੰ ਬਿਮਾਰੀ ਨਾ ਆਵੇ ਉਹਨਾਂ ਨਾਲੇ ਗੱਲ ਕੀਤੀ ਉਹ ਕਹਿੰਦੇ ਇਦਾਂ ਤਾਂ ਫੇਰ ਬੜਾ ਮਤਲਬ ਜਿੰਨਾ ਕਿ ਪੈਸਾ ਆਪਦਾ ਕਮਾਉਨੇ ਹੋ ਉਹਨਾਂ ਕਿਤੇ ਬੀਜ ਤਿਆਰ ਕਰਨ ਤੇ ਲਾਣੇ ਫਿਰ ਸਾਨੂੰ ਉਹਨਾਂ ਨੇ ਨੈੱਟ ਵਾਲੇ ਪਾਸੇ ਪਰੇ ਰਿਹਾ ਨਟਾਲਾ ਜਿਹੜਾ ਕੰਮ ਆ ਵੀ ਉਹ ਜਦੋਂ ਆਪਾਂ ਇੱਕ ਵਾਰੀ ਬੀਬ ਉਹਦੇ ਵਿੱਚ ਤਿਆਰ ਕਰ ਲੈਂਦੇ ਆ ਤੇ ਮੁੜ ਕੇ ਹਰ ਸਾਲ ਨੈਟ ਚਲਾ ਕੇ ਤੇ ਆਪਾਂ ਆਪਣੇ ਖੇਤਾਂ ਦਾ ਤਿਆਰ ਕਰ ਸਕਦੇ ਆ ਤੇ ਆਪਾਂ ਨੂੰ ਹਰ ਸਾਲ ਮੁੱਲ ਲੈਣ ਦੀ ਲੋੜ ਨਹੀਂ ਪੈਂਦੀ। ਇਹ ਅਕਤੂਬਰ ਦੇ ਪਹਿਲੇ ਹਫਤੇ ਆਲੂ ਲੱਗਣਾ ਲੱਗ ਜਾਵੇ ਤੇ ਜਦਾ ਵਧੀਆ ਸ਼ੁਰੂ ਹੋ ਜਾਣਾ ਚਾਹੀਦਾ। ਅਕਤੂਬਰ ਦਾ ਪੂਰਾ ਮਹੀਨਾ ਹੀ ਆਲੂ ਲੱਗ ਜਾਵੇ ਤੇ ਕੋਈ ਪ੍ਰੋਬਲਮ ਨਹੀਂ ਹੈ। ਅਕਤੂਬਰ ਦੇ ਪਹਿਲੇ ਯਾਨੀ ਕਿ ਪਹਿਲੇ ਹਫਤੇ ਤੋਂ ਸਟਾਰਟ ਲੈ ਕੇ ਐਂਡ ਅਕਤੂਬਰ ਤੱਕ ਆਲੂ ਲੱਗ ਜਾਵੇ ਤੇ ਬਹੁਤ ਵਧੀਆ ਸ। ਜਿੰਨੇ ਸੀਡ ਦਾ ਕੰਮ ਕਰਨਾ ਉਹਨੂੰ 31 ਦਸੰਬਰ ਤੱਕ ਲਾਸਟ ਵੀਪੀਡ ਕੱਟ ਦੇਣਾ ਚਾਹੀਦਾ ਆਲੂ ਦਾ ਜੇ ਆਪਾਂ ਉਹਨੂੰ ਲੇਟ ਕਰਦੇ ਆ ਫਿਰ ਜਿੱਦਾਂ ਚਿੱਟੀ ਮੱਖੀ ਦਾ ਹਮਲਾ ਤੇਲੇ ਦਾ ਹਮਲਾ ਇਹ ਹੋ ਜਾਂਦਾ ਜੇ ਜੇ ਆਪਾਂ ਵੇਖੋ ਪਹਿਲਾ ਆਲੂ ਆਪਣੇ ਟਾਈਮ 'ਚ ਲਾ ਗਏ ਨੇ ਫਿਰ ਇਹਦਾ ਚਿੱਟੀ ਮੱਖੀ ਤੋਂ ਬਚਿਆ ਜਾ ਸਕਦਾ ਜਦੋਂ ਆਪਾਂ ਲੇਟ ਕਰਦੇ ਆ ਫਿਰ ਆਪਾਂ ਸਪਰੇਅ ਵੀ ਕਰਦੇ ਫਿਰ ਵੀ ਉਹ ਕਾਬੂ ਜਿਹੜੀ ਉਹ ਬਹੁਤ ਮੁਸ਼ਕਲ ਆਉਂਦੀ ਜੀ ਹੁਣ ਅੱਜ ਇਹ ਫਸਲ ਜ਼ਿਆਦਾ ਜਦੋਂ ਬਾਹਰਲੇ ਦੂਜੇ ਮੁਲਕ ਹੈ ਜਿਉਂ ਕਹਿ ਰਿਹਾ ਵੀ ਸਾਨੂੰ ਇਸ ਢੰਗ ਦਾ ਆਲੂ ਪੈਦਾ ਕਰਕੇ ਦਿਓ ਤਾਂ ਉਹ ਜਿਹੇ ਢੰਗ ਦਾ ਆਲੂ ਪੈਦਾ ਹੋ ਸਕਦਾ ਜਿਹੜੇ ਨੌਜਵਾਨ ਬੱਚਿਆਂ ਨੇ ਆਪਣਾ ਹਰ ਵੇਲੇ ਸਾਫ-ਸੁਥਰਾ ਕੱਢਦੇ ਆ ਪੰਜ ਇੰਨਾ ਪੈਸਾ ਲਾ ਕੇ ਇੰਨਾ ਖਰਚਾ ਕੀਤਾ ਇੰਨਾ ਨਹੀਂ ਬਚਿਆ ਤੇ ਆਪੜ ਕਰਨ ਦਾ ਕੀ ਫਾਇਦਾ ਇਸ ਕਰਕੇ ਜਿਹੜੇ ਨੌਜਵਾਨ ਬੱਚੇ ਆ ਨਾ ਇਸ ਪਾਸੇ ਨਹੀਂ ਆ ਰਹੇ ਰਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਸੂਰ ਖਾਬਚਨ ਲੈ ਕੇ ਹਾਜ਼ਰ ਆ ਖੇਤਾਂ ਦੇ ਪੁੱਤ ਖੇਤਾਂ ਦੇ ਪੁੱਤ ਵਿੱਚ ਅੱਜ ਤੁਹਾਡੀ ਮੁਲਾਕਾਤ ਮੈਂ ਕਰਵਾਉਂਗਾ ਆਲੂਆਂ ਦੀ ਖੇਤੀ ਦੇ ਰਾਜੇ ਦੇ ਨਾਲ 1972 ਤੋਂ ਸਰਦਾਰ ਇੰਦਰ ਸਿੰਘ ਖੇਤੀ ਕਰਦੇ ਆ ਰਹੇ ਨੇ ਤੇ ਆਲੂਆਂ ਨੂੰ ਲੈ ਕੇ ਉਹਨਾਂ ਕੋਲ ਬਹੁਤ ਖਾਸਾ ਤਜਰਬਾ ਆ। ਸੋ ਆ ਉਹਨਾਂ ਤੋਂ ਜਾਣਕਾਰੀ ਲੈਣੇ ਆ ਕਿ ਆਲੂਆਂ ਦੀ ਖੇਤੀ ਲਈ ਕੀ ਕੀ ਲਾਹੇਵੰਦ ਯਾਨੀ ਕਿ ਕੀ ਕੀ ਸਾਵਧਾਨੀਆਂ ਵਰਤਗੀਆਂ ਚਾਹੀਦੀਆਂ ਨੇ ਜੋ ਕਿਸਾਨਾਂ ਲਈ ਲਾਹੇਵੰਦ ਹੋਣਗੀਆਂ ਤੇ ਨਾਲ ਹੋਰ ਉਹ ਜਿਹੜਾ ਕਿ 1972 ਤੋਂ ਲੈ ਕੇ ਅੱਜ ਜੇਕਰ 2019 ਦੀ ਗੱਲ ਕਰ ਲਈਏ ਤਾਂ ਖੇਤੀ ਵਿੱਚ ਕੀ ਕੀ ਤਬਦੀਲੀਆਂ ਉਹਨਾਂ ਨੇ ਦੇਖੀਆਂ ਨੇ। ਇੰਦਰ ਜੀ ਬਹੁਤ ਬਹੁਤ ਸਵਾਗਤ ਹੈ। ਕਿਸਾਨ ਭਰਾ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਜੀ। ਬਹੁਤ ਚੰਗਾ ਜਿਹੜੇ ਤੁਸੀਂ ਸਾਡਾ ਪ੍ਰੋਗਰਾਮ ਲੈ ਕੇ ਇੱਥੇ ਆਏ ਆ। ਜੀ ਜੀ। ਤੇ ਜਿਹੜੀ ਆਲੂਆਂ ਦੀ ਖੇਤੀ ਹੈ ਇਹ ਮਤਲਬ ਸਨ 72 ਤੋਂ ਮਤਲਬ ਅਸੀਂ ਕਰਦੇ ਆ ਰਹੇ ਹਾਂ ਜੀ ਪਹਿਲਾਂ ਇਸ ਨੂੰ ਮਜ਼ਦ ਹੱਥਾਂ ਨਾਲ ਕਈਆਂ ਨਾਲ ਲਾਉਣਾ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ ਫੇ ਹਾਲ ਨਾਲ ਸ਼ੁਰੂ ਕੀਤਾ ਜਿਵੇਂ ਜਿਵੇਂ ਸਮਾਂ ਬਦਲਦਾ ਗਿਆ ᱛਿਵੇਂ ᱛਿਵੇਂ ਮਸ਼ੀਨਰੀ ਯੁੱਗ ਦੇ ਨਾਲ ਬਦਲਦੇ ਗਏ ਜੀ ਫਿਰ ਉਸ ਤੋਂ ਬਾਅਦ ਪਲਾਂਟਰ ਆਇਆ ਪਲਾਂਟਰਾਂ ਦੇ ਨਾਲ ਇਹ ਸ਼ੁਰੂ ਹੋਈ ਖੇਤੀ ਫਿਰ ਉਸ ਤੋਂ ਬਾਅਦ ਫਿਰ ਮਤਲਬ ਟਰੈਕਟਰ ਜੇ ਵੱਡਾ ਆ ਗਿਆ ਫਿਰ ਵੱਡਾ ਮਤਲਬ ਪਲਾਂਟਰ ਲਿਆ ਅੱਜ ਜਿਹੜਾ ਆਟੋਮੈਟਿਕ ਮਸ਼ੀਨ ਦੇ ਨਾਲ ਆਲੂ ਜਿਹੜੇ ਅਸੀਂ ਲਾ ਰਹੇ ਹਾਂ ਆਟੋਮੈਟਿਕ ਮਸ਼ੀਨ ਤੁਸੀਂ ਕਹਿੰਦੇ ਹੱਥਾਂ ਤੋਂ ਨਾਲ ਸ਼ੁਰੂਆਤ ਕਰਕੇ ਆਟੋਮੈਟਿਕ ਨਾਲ ਲਾ ਲੀਏ ਤੁਹਾਡੀ ਮੈਂ ਤਾਰਫ ਕਰਵਾ ਦਵਾਂ ਨਾਲ ਜੱਜ ਸਿੰਘ ਨੇ ਜੋ ਇੰਦਰ ਸਿੰਘ ਜੀ ਦੇ ਸੁਪੁੱਤਰ ਨੇ ਤੇ ਉਹ ਵੀ ਨਾਲ ਖੇਤੀਬਾੜੀ ਚ ਪੂਰਾ ਹੱਥ ਵਟਾਉਂਦੇ ਨੇ ਜੱਜ ਜੀ ਕੀ ਕਰਦੇ ਹੋ ਖੇਤੀਬਾੜੀ ਤੋਂ ਇਲਾਵਾ ਵੀ ਕੋਈ ਕੰਮ ਕਰਦੇ ਹੋ ਜੀ ਆਊਟ ਸਟੇਟ ਦਾ ਕੰਮ ਕਰਦੇ ਆਂ ਬਾਹਰ ਆਲੂ ਆਊਟ ਭੇਜਣ ਦਾ ਦੂਸਰੀ ਸਟੇਟ ਦੇ ਵਿੱਚ ਅੱਛਾ ਇਹ ਫਿਰ ਤੁਸੀਂ ਮਤਲਬ ਕਦੋਂ ਸ਼ੁਰੂਆਤ ਕੀਤੀ ਫਾਦਰ ਸਾਹਿਬ ਤਾਂ ਮੈਂ ਮੰਨ ਲਿਆ ਵੀ ਚਲੋ ਖੇਤੀ ਕਰਦੇ ਹੱਥਾਂ ਨਾਲ ਖੇਤੀ ਕਰਦਗੇ ਮਸ਼ੀਨਰੀ ਕਰਨ ਹੋ ਗਿਆ ਤੇ ਆਊਟ ਸਟੇਟ ਯਾਨੀ ਕਿ ਬਾਹਰ ਜਿਹੜਾ ਆਲੂਆਂ ਨੂੰ ਜਾਂਦਾ 2017 ਤੋਂ ਸ਼ੁਰੂ ਕੀਤਾ ਜੀ 17 ਤੋਂ ਹਾਂਜੀ ਹਾਂਜੀ ਤੇ ਆਊਟਰ ਸਟੇਟ ਗੁਜਰਾਤ ਦਾ ਕੰਮ ਕਰ ਰਹੇ ਆਂ ਜੀ ਆਪਾਂ ਗੁਜਰਾਤ ਦਾ ਹਾਂਜੀ ਹਾਂਜੀ ਅੱਛਾ ਕਿਹੜੀ ਬੱਪੂ ਜੀ ਗੱਲ ਕਰਨ ਲਈਏ ਕਿਹੜੀ ਨਸਲ ਲਾਉਣੇ ਆਲੂ ਕਿਹੜੀ ਕਿਸਮ ਆਲੂਆਂ ਦੀ ਲੱਗਦੀ ਹੈ ਅਸੀਂ ਪਹਿਲਾਂ ਜਿਹੜਾ ਸੀ ਉਹ 2708 ਸ਼ੁਰੂ ਕੀਤਾ ਸੀ ਜਿਸ ਵੇਲੇ 772 ਦੇ ਵਿੱਚ ਉਸ ਤੋਂ ਬਾਅਦ ਫਿਰ ਨਵੀਆਂ ਨਵੀਆਂ ਕਿਸਮਾਂ ਆਈਆਂ ਜਿਵੇਂ ਹੁਣ ਪਖਰਾਜ ਆ ਗਿਆ ਹੈ ਜੋਤੀ ਆ ਗਿਆ ਉਹਨੂੰ ਫਿਰ ਮਤਲਬ ਅਸੀਂ 2010 ਤੱਕ ਲਾਇਆ ਉਸ ਤੋਂ ਬਾਅਦ ਫਿਰ ਜਿਵੇਂ ਦੂਜੀਆਂ ਕਿਸਮਾਂ ਆਈਆਂ ਫਿਰ ਉਹ ਜਿਵੇਂ ਜਿਵੇਂ ਕਿਸਮਾਂ ਆ ਰਹੀਆਂ ਸੀ ਤੀਵੇਂ-ਤੀਵੇਂ ਉਹਨਾਂ ਨੂੰ ਬਦਲੀ ਜਾ ਰਿਹਾ ਸੀ ਉਹ ਜਿਹੜੀਆਂ ਕਿਸਮਾਂ ਇਕੱਲੀ 2708 ਨੂੰ ਤੁਸੀਂ ਛੱਡਿਆ ਤੇ ਜਿਹੜੀਆਂ ਦੂਜੀਆਂ ਕਿਸਮਾਂ ਜਿਵੇਂ ਪਖਰਾਜ ਆ ਜੋਤੀ ਹੈ ਉਹਨੂੰ ਅੱਜ ਵੀ ਲਾਉਂਦੇ ਆ ਰਹੇ ਹਾਂ ਹਾਂ ਤੇ ਬਾਹਰ ਡਿਮਾਂਡ ਕਿਹੜੀ ਜ਼ਿਆਦਾ ਹੈ ਇਸ ਵਕਤ ਗੁਜਰਾਤ 'ਚ ਗੱਲ ਕਰਦੀਆਂ ਤਾਂ ਕਿਹੜੀ ਡਿਮਾਂਡ ਜ਼ਿਆਦਾ ਹੈ ਤੇ ਪਖਰਾਜ ਦੀ ਹੋਗੀ ਸੰਟਾਨਾ ਤੇ ਐਲ ਆਰ ਹਾਂਜੀ ਹਾਂਜੀ ਐਕੀ ਲਾਇਆ ਕਿ ਪਹਿਲਾਂ ਵੀ ਲਾਉਂਦੇ ਸੀ ਐਕੀ ਫਰਸਟ ਐਕੀ ਪਹਿਲੀ ਵਾਰ ਲਾਇਆ ਆਪਾਂ ਹਾਂਜੀ ਹਾਂਜੀ ਕੀ ਫਰਕ ਹੈ ਐਲਰ ਦੀ ਗੱਲ ਕਰ ਲਈਏ ਪੁਖਰਾਜ ਤਾਂ ਚਲੋ ਕਹਿ ਦਿਆ ਸੀ ਥੋੜੇ ਤੁਸੀਂ ਕਹਿੰਦੇ ਹੋ ਕਾफी ਸਮੇਂ ਤੋਂ ਲਾਉਨੇ ਆਉਨੇ ਹੋ ਪੁਖਰਾਜ ਤੇ ਐਲਰ ਦੇ ਵਿੱਚ ਕੀ ਫਰਕ ਹੈ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਪੁਖਰਾਜ ਟੇਬਲ ਵੈਰੈਟੀ ਆ ਜੀ ਵੀ ਇਹ ਕੱਚੇ ਦੀ ਪਟਾਈ ਵਾਸਤੇ ਆਊਟਸਟੇਟ ਜਾ ਰਿਹਾ ਜਿਹੜਾ ਦੂਸਰਾ ਇਹ ਪ੍ਰੋਸੈਸਿੰਗ ਚ ਆ ਜਾਂਦਾ ਐਲਰ ਜਿਹੜਾ ਹਾਂ ਇਹਦੀ ਚਿਪਸ ਬਣਦੀ ਆ ਪਾਊਡਰ ਬਣਦਾ ਤਾਂ ਇਹ ਫੈਕਟਰੀਆਂ ਵਾਸਤੇ ਵਰਤਿਆ ਜਾਂਦਾ ਐਲਰ ਇਹਦੇ ਵਿੱਚ ਮਤਲਬ ਸ਼ੂਗਰ ਦੀ ਮ ਪਾਣੀ ਦੀ ਮਾਤਰਾ ਘਟਾ ਪਾਣੀ ਦੀ ਮਾਤਰਾ ਪਾਣੀ ਦੀ ਮਾਤਰਾ ਘਟਾ ਇਹਦਾ ਡਰਾਈ ਮੀਟਰ ਵੱਧ ਹੁੰਦਾ ਡਰਾਈ ਮੀਟਰ ਹਾਂ ਇਹਦਾ ਡਰਾਈ ਮੀਟਰ ਹੋਊਗਾ 22 ਜਿਹੜਾ ਪੁਖਰਾਜ ਵੈਰੈਟੀ ਆ ਉਹ 17 18 ਉਹਦਾ ਇੰਨਾ ਹੋਊਗਾ ਵੱਧ ਡਰਾਈ ਮੀਟਰ ਵਾਲੀ ਵੈਰੈਟੀ ਦੀ ਚਿਪਸ ਬਣ ਸਕਦੀ ਫਿਰ ਕਿੰਨਾ ਕੁ ਤੁਹਾਨੂੰ ਮੈਂ ਜੇ ਸਾਵਧਾਨੀ ਕੀ ਵਰਤਣੀ ਚਾਹੀਦੀ ਹੈ ਕੀ ਵਿਧੀ ਆ ਆਲੂ ਦੀ ਜੇ ਲਾਉਣੀ ਹੋਵੇ ਤੁਸੀਂ ਕੀ ਗੱਲ ਕਰ ਲਈਏ ਕਿ ਨੈੱਟ ਦੀ ਵਿਧੀ ਵੀ ਆਈ ਸੀ ਨੈੱਟ ਦੀ ਵਿਧੀ ਨਾਲ ਵੀ ਆਲੂ ਲੱਗਦਾ ਸੀ ਸੋ ਹੱਥਾਂ ਨਾਲ ਆਲੂ ਲਾਉਣ ਤੋਂ ਲੈ ਕੇ ਹੁਣ ਮਸ਼ੀਨੀ ਕਰਨ ਹੋ ਗਿਆ ਮਸ਼ੀਨਾਂ ਨਾਲ ਵੀ ਲੱਗਦੀ ਆ ਤੇ ਕੀ ਵਿਧੀ ਆ ਸੋ ਕਿਸਾਨ ਭਰਾਵਾਂ ਨੂੰ ਦੱਸੋ ਜੇਕਰ ਕੋਈ ਆਲੂ ਦੀ ਖੇਤੀ ਕਰਨਾ ਚਾਹੁੰਦਾ ਹੈ ਤਾਂ ਜਿਵੇਂ ਆਪਾਂ ਆਲੂ ਦਾ ਬੀਜ ਹਰ ਸਾਲ ਇਹ ਅਸੀਂ ਨਵਾਂ ਲੈਣ ਦੀ ਕੋਸ਼ਿਸ਼ ਕਰਦੇ ਸੀ ਵੀ ਗਾਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਖੇਤਾਂ ਦੇ ਵਿੱਚ ਬੀਜ ਲੱਗ ਰਿਹਾ ਇਹਨੂੰ ਬਿਮਾਰੀ ਨਾ ਆਵੇ ਫਿਰ ਸਾਡਾ ਕੁਦਰਤੀ ਇੱਕ ਡਾਕਟਰ ਮਨਿਆਸ ਜੀ ਆ ਗਿਆ ਇੱਥੇ ਆਪਣੇ ਬਾਦਸ਼ਾਹਪੁਰ ਫਾਰਮ ਦੇ ਵਿੱਚ ਜੀ ਉਹਨਾਂ ਨਾਲ ਮੇਲ ਬਣਿਆ ਉਹਨਾਂ ਨਾਲੇ ਗੱਲ ਕੀਤੀ ਉਹ ਕਹਿੰਦੇ ਇਦਾਂ ਤੇ ਫਿਰ ਬੜਾ ਮਤਲਬ ਜਿੰਨਾ ਕਿ ਪੈਸਾ ਆਪਦਾ ਕਮਾਉਨੇ ਉਹਨਾਂ ਕਿਤੇ ਬੀ ਤਿਆਰ ਕਰਨ ਤੇ ਲਾਣੇ ਜੀ ਫਿਰ ਸਾਨੂੰ ਉਹਨਾਂ ਨੇ ਨੈਟ ਵਾਲੇ ਪਾਸੇ ਪ੍ਰੇਰਿਆ ਨੈਟ ਵਾਲਾ ਜਿਹੜਾ ਕੰਮ ਆ ਬਈ ਉਹ ਜਦੋਂ ਆਪਾਂ ਇੱਕ ਵਾਰੀ ਬੀ ਉਹਦੇ ਵਿੱਚ ਤਿਆਰ ਕਰ ਲੈਂਦੇ ਆ ਤੇ ਮੁੜ ਕੇ ਆਏ ਸਾਲ ਨੈਟ ਚਲਾ ਕੇ ਤੇ ਆਪਾਂ ਆਪਣੇ ਖੇਤਾਂ ਦਾ ਤਿਆਰ ਕਰ ਸਕਦੇ ਆ ਵੀ ਆਪਾਂ ਨੂੰ ਹਰ ਸਾਲ ਮੋਲ ਲੈਣ ਦੀ ਲੋੜ ਨਹੀਂ ਪੈਂਦੀ ਅਛਾ ਨੈੱਟ ਦੇ ਵਿੱਚ ਖਰਚਾ ਕਾਫੀ ਹੁੰਦਾ ਹੈ ਹਾਂ ਖਰਚਾ ਦਾ ਜਰੂਰ ਆਉਂਦਾ ਹੈ ਜੇ ਤਾਂ ਉਹ ਵੇਖੋ ਆਪਾਂ ਸਰਕਾਰੀ ਨੈੱਟ ਜਿਹੜੇ ਪੱਕੇ ਬਣਿਆ ਜੇ ਉਹ ਬਣਾਉਣੇ ਆ ਉਹਨਾਂ ਦਾ ਖਰਚਾ ਬਹੁਤ ਜ਼ਿਆਦਾ ਹੈ ਤੇ ਜੇ ਆਪਾਂ ਆਪਣੇ ਤੌਰ ਤੇ ਲਾਉਣੇ ਆ ਫਿਰ ਜਿਹੜੀ ਇੱਕ ਕਨਾਲ ਉਹ 60000 ਰੁਪਿਆ ਕਨਾਲ ਦਾ ਲੱਗ ਜਾਂਦਾ ਹੈ ਜੇ ਨਿੱਜੀ ਤੌਰ ਤੇ ਲਾਉਣਾ ਤਾਂ ਸਰਕਾਰੀ ਜੇ ਲਾਉਣੇ ਤਾਂ ਫਿਰ ਕਿੰਨਾ ਖਰਚਾ ਘਟਦਾ ਆ ਸਰਕਾਰੀ ਦਾ ਜਿਹੜਾ ਉਹ ਤੇ ਲੱਖਾਂ ਦੇ ਵਿੱਚ ਹੈ ਤੇ ਲੱਖਾਂ ਚ ਆਹ ਲੱਖਾਂ ਲਾ ਸਬਸਿਡੀ ਪਾ ਗਏ ਉਹ ਲੱਖਾਂ ਦੇ ਵਿੱਚ ਹੈ لیکن لیکن ਇਹ ਜਿਹੜਾ ਵੀ ਜੇ ਆਪਾਂ ਵੇਖੋ ਵੀ ਵੱਡੀ ਪੱਧਰ ਤੇ ਕੰਮ ਕਰੀਏ ਫਿਰ ਆਪਾਂ ਨੂੰ ਉਹਦੀ ਲੋੜ ਹੈ ਲੇਕਿਨ ਜੇ ਆਪਾਂ ਉਹਦਾ ਵੇਖੋ ਦੋ ਕਨਾਲਾਂ ਨੂੰ ਆਪਾਂ ਤਿਆਰ ਆਪਣੇ ਤੌਰ ਤੇ ਕਰੀਏ ਉਹਦੇ ਨਾਲ ਗਾਂ ਆਪਣਾ ਫਿਰ ਖੇਤ ਇੱਕ ਲੱਗ ਜਾਣਾ ਉਤੋਂ ਗਾਂ ਫਿਰ ਉਹ ਜਿਵੇਂ ਚੈਣ ਬਣ ਜਾਂਦੀ ਇਵੇਂ ਉਹ ਫਿਰ ਕੰਮ ਚੱਲਦਾ ਰਹਿੰਦਾ ਆਲੂ ਦੀ ਗੱਲ ਕਰ ਲਈਏ ਆਲੂ ਦੀ ਫਸਲ ਜਾਨੀ ਖੇਤੀ ਹੈ ਕਿੰਨੇ ਸਮੇਂ ਦੀ ਕਿੰਨੇ ਸਮੇਂ ਜਿਹੜਾ ਫਾਲਾ ਜਿਹੜਾ ਆਪਾਂ ਕਹਿੰਦੀ ਸਬਜ਼ੀ ਤਿਆਰ ਹੋ ਜਾਂਦਾ ਇਹ ਉਹਦਾ ਜਿਹੜੇ ਹੈਗੇ ਜੇ ਤਾਂ ਕੱਚਾ ਪਟਣਾ ਫਿਰ 70 ਦਿਨ ਤੇ ਇਹਦੀ ਜਿਹੜੀ ਉਹ ਬਿਲਕੁਲ ਤਿਆਰ ਹੋ ਜਾਂਦਾ ਜੇ ਆਪਾਂ ਉਹਨੂੰ ਵੀ ਵਾਸਤੇ ਰੱਖਣਾ ਚਾਹੁੰਦੇ ਫਿਰ 90 ਦਿਨ ਦਾ 90 ਤੋਂ 100 ਦਿਨ ਜਿਹੜਾ ਉਹ ਚਾਹੀਦਾ। ਝੋਨੇ ਤੋਂ ਬਾਅਦ ਜੇ ਗੱਲ ਕਰ ਲਈਏ ਝੋਨਾ ਹੁਣ ਸੀਜ਼ਨ ਗਿਆ ਆ ਝੋਨੇ ਤੋਂ ਬਾਅਦ ਕਿੰਨਾ ਫਰਕ ਪਾਉਣੇ ਹੋ ਫਿਰ ਤੁਸੀਂ। ਝੋਨਾ ਜਦੋਂ ਅਸੀਂ ਕੱਟ ਲੈਨੇ ਆ ਫਿਰ ਅਸੀਂ ਉਹਨੂੰ ਮਤਲਬ ਜਿੰਨੀ ਵੀ ਛੇਤੀ ਪੈਲੀ ਸਾਡੀ ਤਿਆਰ ਹੋਵੇ ਅਸੀਂ ਉਹਨੂੰ ਲਾਉਣ ਦੀ ਕੋਸ਼ਿਸ਼ ਕਰਦੇ ਆ। ਤੇ ਜਦੋਂ ਫਿਰ ਲੱਗ ਜਾਂਦਾ ਫਿਰ ਪਾਣੀ ਜਿਹੜਾ ਉਹਨੂੰ ਮਤਲਬ ਬੜਾ ਸਮਝ-ਸਮਝ ਕੇ ਲਾਉਣਾ ਪੈਂਦਾ ਵੀ ਨਹੀਂ ਵੀ ਆਪਾਂ ਜ਼ਿਆਦਾ ਪਾਣੀ ਪਾ ਦਈਏ। ਇਸ ਕਰਕੇ ਵੀ ਇਹ ਬਹੁਤ ਖਿਆਲ ਰੱਖਣ ਵਾਲੀ ਗੱਲ ਹੈ। ਪਾਣੀ ਜਿਹੜਾ ਉਹ ਬਿਲਕੁਲ ਘੱਟ ਘੱਟ ਲੱਗੇ ਵੀ ਜਿਹਨੂੰ ਆਪਾਂ 2-3 ਉਂਗਲਾਂ ਜਾਵੇ ਜਾਨਣਾ ਚਾਹਾਂਗੇ ਜਾਜੀ ਤੁਹਾਡੇ ਕੋਲੋਂ ਵੀ ਜਦੋਂ ਝੋਨਾ ਤੋਂ ਬਾਅਦ ਆਲੂ ਲਾਇਆ ਜਾਂਦਾ ਕੋਈ ਖਾਸ ਕਿਸਮ ਦਾ ਝੋਨਾ ਲਾਉਣਾ ਜ਼ਰੂਰੀ ਹੈ ਜਾਂ ਜਿਹੜਾ ਆਲੂ ਨੂੰ ਵੱਧ ਸਪੋਰਟ ਕਰੇ ਦੇਖੋ ਜੀ ਇਹਨੂੰ ਘੱਟ ਟਾਈਮ ਵਾਲੀਆਂ ਵੈਰਾਈਟੀਆਂ ਝੋਨਾ ਲੱਗਣਾ ਚਾਹੀਦੀਆਂ ਆਲੂ ਨੂੰ ਜਿੰਨਾ ਟਾਈਮ ਨਾਲ ਲੱਗ ਜਾਵੇ ਉਨਾ ਹੀ ਬੈਸਟ ਹੈ ਕਿਉਂਕਿ ਕਈ ਵੈਰਾਈਟੀਆਂ ਦਾ ਵੱਖ-ਵੱਖ ਵੈਰਾਈਟੀਆਂ ਦਾ ਪੀਰੀਅਡ ਹੈ ਕਿਸੇ ਦਾ ਟਾਈਮ ਵੱਧਾ ਕੋਈ ਵੱਧ ਟਾਈਮ ਲੈ ਕੇ ਤਿਆਰ ਹੁੰਦੀ ਆ ਕੋਈ ਘੱਟ ਲੈ ਕੇ ਤਿਆਰ ਹੁੰਦੀ ਆ ਜੋਤੀ ਵੈਰੈਟੀ ਆ 60 ਤੋਂ 70 ਦਿਨਾਂ 'ਚ ਤਿਆਰ ਹੋ ਜਾਂਦੀ ਬਖਰਾਜ ਵੈਰੈਟੀ ਆ ਇਹਨੂੰ ਵੀ ਯਾਨੀ ਕਿ 60 ਦਿਨ ਚਾਹੀਦੇ ਜਿੱਦਾਂ ਹੋਰ ਪ੍ਰੋਸੈਸਿੰਗ ਵੈਰੈਟੀਆਂ ਐ ਐਲ ਆਰ ਵਗੈਰਾ ਉਹ 100 ਦਿਨ ਤੇ ਜਾ ਕੇ ਪੂਰਾ ਆਪਣਾ ਝਾੜ ਕਰਦੀ ਝੋਨਾ ਬਾਰੇ ਗੱਲ ਕਰ ਲਈ ਮੈਂ ਝੋਨੇ ਦੀ ਗੱਲ ਕਰ ਰਿਹਾ ਸੀ ਝੋਨਾ ਫਿਰ ਪੂਸਾ ਝੋਨਾ ਤਾਂ ਅਸੀਂ ਲਾ ਨਹੀਂ ਸਕਦੇ ਆਲੂ ਦੇ ਸਬੰਧ 'ਚ ਨਹੀਂ ਲਾਉਣਾ ਚਾਹੀਦਾ ਜਿਨ੍ਹਾਂ ਨੇ ਆਲੂ ਦੀ ਖੇਤੀ ਕਰਨੀ ਆ ਨਾ ਉਹਨੂੰ ਪੂਸਾ ਝੋਨਾ ਨਹੀਂ ਲਾਉਣਾ ਚਾਹੀਦਾ ਉਹ ਹੋਰ ਹਾਈਬ੍ਰਿਡ ਘੱ ਸਣੇ ਪਨੀਰੀ 120 ਡਣ ਲੈ ਰਹੀਆਂ ਵੈਰਾਈਟੀਆਂ 7/2 134 ਜਾਂ 7/2 127 ਵੈਰਾਈਟੀਆਂ ਇਹ ਲੱਗ ਸਕਦੀਆਂ ਬੜੇ ਆਰਾਮ ਨਾਲ ਝਾੜ ਬਹੁਤ ਵਧੀਆ ਇਹਨਾਂ ਦਾ ਜੀ ਯੂਨੀਵਰਸਿਟੀ ਤੁਸੀਂ ਕੋਈ ਗੱਲ ਕਰ ਰਹੇ ਸੀ ਯੂਨੀਵਰਸਿਟੀ ਦੇ ਵਿੱਚ ਵੀ ਇਹ ਬੀਜ ਮਿਲ ਜਾਂਦੇ ਨੇ ਮਤਲਬ ਇੱਥੇ ਜਿਹੜੀ ਆਪਣੀ ਯੂਨੀਵਰਸਿਟੀ ਦੇ ਇਕੱਠ ਟਾਈਮ ਵਾਲੀਆਂ ਕਿਸਮਾਂ ਇਹਨਾਂ ਵੀ ਪੈਦਾ ਕੀਤੀਆਂ ਹਾਂ ਤੇ ਉਹ ਵੀ ਮਤਲਬ ਬੜਾ ਵਧੀਆ ਆਪਣਾ ਜਿਹੜਾ ਸਮਾਂ ਕਾਬੂ ਕਰ ਸਕਦੀਆਂ ਕਨਾ ਪੀਕ ਟਾਈਮ ਹੁੰਦਾ ਜਿਹਨੂੰ ਆਪਾਂ ਕਹਦੇ ਹਰ ਤਰ੍ਹਾਂ ਖੇਤੀ ਦੇ ਵਿੱਚ ਵੀ ਪੀਕ ਟਾਈਮ ਹੁੰਦਾ ਆ ਵੀ ਆ ਸਮੇਂ ਦੇ ਵਿੱਚ ਜਿਹੜੇ ਕਿ ਆਲੂ ਲਾ ਦੇਣੇ ਚਾਹੀਦੇ ਨੇ ਜਿਆਦਾ ਬਿਹਤਰ ਨੇ ਸੋ ਪੀਕ ਸਮਾਂ ਕਿਹੜਾ ਆ ਪੀਕ ਟਾਈਮ ਕਿਹੜਾ ਆ ਜਦੋਂ ਕਹਿ ਰਹੇ ਨੇ ਕਿ ਖੇਤ ਤਿਆਰ ਹੋ ਜਾਂਦਾ ਉਹ ਕਿੰਨਾ ਵਕਫਾ ਆ ਕਿੰਨਾ ਗੈਪ ਆ ਝੋਨਾ ਕੱਟਣ ਤੋਂ ਬਾਅਦ ਤੇ ਆਲੂ ਬੀਜਣ ਦੇ ਦੌਰਾਨ 1 ਅਕਤੂਬਰ ਦੇ ਪਹਿਲੇ ਹਫਤੇ ਆਲੂ ਲੱਗਣਾ ਲੱਗ ਜਾਵੇ ਤੇ ਜਿਆਦਾ ਵਧੀਆ ਸ਼ੁਰੂ ਹੋ ਜਾਣਾ ਚਾਹੀਦਾ ਅਕਤੂਬਰ ਦਾ ਪੂਰਾ ਮਹੀਨਾ ਹੀ ਆਲੂ ਲੱਗ ਜਾਵੇ ਤੇ ਕੋਈ ਪ੍ਰੋਬਲਮ ਨਹੀਂ ਆ ਉਪਰ ਦੇ ਪਹਿਲੇ ਯਾਨੀ ਕਿ ਪਹਿਲੇ ਹਫਤੇ ਤੋਂ ਸਟਾਰਟ ਲੈ ਕੇ ਐਂਡ ਅਕਤੂਬਰ ਤੱਕ ਆਲੂ ਲੱਗ ਜਵੇ ਤਾਂ ਬਹੁਤ ਵਧੀਆ ਸਮਾਂ ਅਕਤੂਬਰ ਅਕਤੂਬਰ ਯਾਨੀ ਕਿ ਵਧੀਆ ਹੋ ਜਾਂਦਾ ਹੈ ਲੇਕਿਨ ਅੱਜ ਕੱਲ੍ਹ ਜੇ ਗੱਲ ਕਰ ਰਹੀਏ ਸਮਾਂ ਪਿੱਛੇ ਪੈਂਦਾ ਜਾਂਦਾ ਹੈ ਉਹਦੇ ਨਾਲ ਫਿਰ ਕੀ ਫਰਕ ਪੈ ਰਿਹਾ ਆ ਦੇਖੋ ਜਿੱਦਾਂ ਉਹ ਲੇਟ ਹੋ ਰਿਹਾ ਜਿਨਨੇ ਸੀਡ ਦਾ ਕੰਮ ਕਰਨਾ ਉਹਨੂੰ 31 ਦਸੰਬਰ ਤੱਕ ਲਾਸਟ ਵੇਪੇਡ ਕੱਟ ਦੇਣਾ ਚਾਹੀਦਾ ਆਲੂ ਦਾ ਜੇ ਆਪਾਂ ਉਹਨੂੰ ਲੇਟ ਕਰਦੇ ਆ ਫਿਰ ਜਿੱਦਾਂ ਚਿੱਟੀ ਮੱਖੀ ਦਾ ਹਮਲਾ ਤੇਲੇ ਦਾ ਹਮਲਾ ਇਹ ਹੋ ਜਾਂਦਾ ਉੱਤੇ ਫਿਰ ਪ੍ਰੋਬਲਮ ਆ ਜਾਂਦੀ ਅੱਗੇ ਸੀਡ ਦੇ ਵਿੱਚ ਤੇਲੇ ਦਾ ਹਮਲਾ ਵੀ ਕਹਿ ਰਹੇ ਨੇ ਚਿੱਟੀ ਮੱਖੀ ਦਾ ਵੀ ਹਮਲਾ ਕਹਿ ਰਹੇ ਚਿੱਟੀ ਮੱਖੀ ਨੇ ਦਾ ਕਾਫੀ ਵੱਡਾ ਵਿਵਾਦ ਵੀ ਖੜਾ ਹੋਇਆ ਸੀ ਅੱਜ ਤੋਂ 3 ਸਾਲ 4 ਸਾਲ ਪਹਿਲਾਂ ਦੀ ਗੱਲ ਕਰ ਰਹੀ ਹੈ ਫਿਰ ਕਿਵੇਂ ਨੇ ਜਿੱਟਦੇ ਉਹ ਕਿੰਨੀਆਂ ਸਪਰੇ ਵਗੈਰਾ ਕਿੰਨੀ ਕਰਨੀ ਪੈਂਦੀ ਆ ਜੀ ਤਾਂ ਆਪਾਂ ਵੇਖੋ ਪਹਿਲਾ ਆਲੂ ਆਪਣੇ ਟਾਈਮ 'ਚ ਲਾ ਗਏ ਨੇ ਜੀ ਫਿਰ ਇਹਦਾ ਚਿੱਟੀ ਮੱਖੀ ਤੋਂ ਬਚਿਆ ਜਾ ਸਕਦਾ ਹੈ ਜਦੋਂ ਆਪਾਂ ਲੇਟ ਕਰਦੇ ਆ ਫਿਰ ਆਪਾਂ ਸਪਰੇ ਵੀ ਕਰਦੇ ਫਿਰ ਵੀ ਉਹ ਕਾਬੂ ਜਿਹੜੀ ਉਹ ਬਹੁਤ ਮੁਸ਼ਕਲ ਆਉਂਦੀ ਚਿੱਟੀ ਮੱਖੀ ਮਤਲਬ ਜਨਵਰੀ ਦੇ ਨੇੜੇ ਤੇ ਆਉਂਦੀ ਆ ਨਾ ਮਤਲਬ ਜਨਵਰੀ ਦੇ ਜਦੋਂ ਪਹਿਲਾ ਹਫਤਾ ਮਤਲਬ ਜਨਵਰੀ ਦਾ ਚੱਲ ਪ ਉਦੋਂ ਥੋੜੀ ਥੋੜੀ ਗਰਮੀ ਦਾ ਵੀ ਮੌਸਮ ਜਿਹੜਾ ਉਹ ਨਾਲ ਆ ਜਾਂਦਾ ਹੈ ਉਹਦੇ ਨਾਲ ਇਹ ਜਿਹੜੀ ਆ ਮੱਖੀ ਜਿਹੜੀ ਆ ਜਦੋਂ ਇੱਕ ਬੂਟੇ ਦੇ ਉੱਤੇ ਮੜਾ ਡੰਗ ਮਾਰ ਗਈ ਉਹਨੇ ਵੀ ਆਪਣਾ ਉਹ ਅਸਰ ਜਿਹੜਾ ਉਹ ਕਰ ਜਾਣਾ। ਅੱਛਾ ਸੁੰਡੀ ਵੀ ਪੈਂਦੀ ਹੋਵੇਗੀ ਜਦੋਂ ਜਿਹਨੂੰ ਆ ਸੁੰਡੀਆਂ ਤੋਂ ਫਿਰ ਕਿਵੇਂ ਬਚਾਅ ਕਰਦੇ ਹਾਂ ਕਿਉਂਕਿ ਜਿਵੇਂ ਕਿ ਪਹਿਲਾਂ ਆਪਾਂ ਜਾਣਕਾਰੀ ਹਾਸਲ ਕੀਤੀ ਆ ਵਿਚਾਰ ਚਚਾ ਕੀਤੀ ਸੀ ਕਿ ਸੁੰਡੀ ਦੇ 5 ਕ ਦਿਨ ਹੁੰਦੇ ਨੇ ਕੰਮ ਕਰਨ ਦੇ ਫਿਰ ਉਹ ਤੋਂ ਕਿਵੇਂ ਮਤਲਬ ਨਜਿੱਠਦੇ ਕਿਵੇਂ ਉਹ ਦੇਖੋ ਜੀ ਜਿਹੜੀ ਆਲੂ ਵੈਰੈਟੀ ਆ ਇਹਨੂੰ ਸੁੰਡੀ ਨਹੀਂ ਆਂਦੀ। ਜੀ ਇਨੂੰ ਨਹੀਂ ਬਿਲਕੁਲ ਸੁੰਡੀ ਦਾ ਕੋਈ ਹਮਲਾ ਨਹੀਂ ਹੈ ਤੇ ਕੋਈ ਕੁਝ ਨਹੀਂ ਜਿੱਦਾਂ ਝੋਨਾ ਵੈਰੈਟੀ ਹੈ ਨਾ ਉਤੇ ਪੱਤਾ ਲਵੇੜ ਦਾ ਟਾਈਕ ਆਉਂਦਾ ਉਹ ਦਾ 5 ਦਿਨ ਦਾ ਪੀਰੀਅਡ ਆ ਸਾਰਾ ਉਹਨੂੰ 5 ਜਦੋਂ ਆਪਾਂ ਨੂੰ ਜੋ ਕਿਸਾਨ ਨੂੰ ਉਸ ਚੀਜ਼ ਬਾਰੇ ਪਤਾ ਲੱਗਦਾ ਤੇ ਉਹ ਆਪਣਾ ਕੰਮ ਕਰਕੇ ਜਾ ਚੁੱਕੀ ਹੁੰਦੀ ਆ ਤੇ ਉਹਨੂੰ ਕਿਸਾਨ ਨੂੰ ਸੁੰਡੀ ਆਉਣ ਤੇ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਉਹ ਚ ਸਿਰਫ ਦੇਖ ਰੇ ਕਿ ਕੀ ਆ ਵੀ ਨਾਈਟ੍ਰੋਜਨ ਦੀ ਥੋੜੀ ਜੀ ਘੱਟ ਮਾਤਰਾ ਦੇ ਕੇ ਫਸਲ ਨੂੰ ਤਿਆਰ ਕੀਤਾ ਜਾਵੇ ਤੇ ਕੁਛ ਪਾਣੀ ਜਿਹੜਾ ਪਾਣੀ ਸਹੀ ਢੰਗ ਨਾਲ ਲਾਇਆ ਜਾਵੇ ਜਿੱਦਾਂ 35 ਦਿਨ ਦਾ ਝੋਨਾ ਝੋਨੇ ਦੀ ਫਸਲ ਹੋ ਗਈ ਆ ਉਹਨੂੰ ਆਪਾਂ ਨੂੰ ਪਾਣੀ ਜਿਹੜਾ ਨਾ ਮਤਰਾਉ ਦੇਣਾ ਚਾਹੀਦਾ ਮਤਰਾਉ ਪਾਣੀ ਹਾਂ ਪਾਣੀ ਆ ਆਲੂ ਦੀ ਆਪਾਂ ਗੱਲ ਕਰ ਰਹੇ ਸੀ ਆਲੂ ਨੂੰ ਫਿਰ ਕਿੰਨਾ ਤੁਸੀਂ ਪਾਣੀ ਲਾਉਣੇ ਹੋ ਅਸੀਂ 4 ਤੋਂ 5 ਪਾਣੀ ਲਾ ਜਾਂਦੇ ਹਾਂ ਜਦੋਂ ਬਜਾਈ ਹੋ ਜਾਂਦੀ ਹੈ ਤੇ ਬਜਾਈ ਤੋਂ 1 ਹਫ਼ਤੇ ਦੇ ਵਿੱਚ ਵਿੱਚ ਪਾਣੀ ਲਾਉਣਾ ਹੁੰਦਾ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਲੋਡ ਹੁੰਦੀ ਫਿਰ ਥਿਮ-ਥਿਮੇ ਅਸੀਂ ਪਾਣੀ ਲਾਉਨੇ ਤਕਰੀਬਨ 5 ਕਪਾਣੀ ਜਿਹੜੀ ਇਹਨਾਂ ਉਹ ਫਸਲ ਲੈ ਜਾਂਦੀ ਹੈ 5 ਪਾਣੀ ਦਾ ਫਸਲ ਲੈ ਜਾਂਦੀ ਆ ਅੱਛਾ ਮੈਂ ਇੰਦਰ ਜੀ ਗੱਲ ਕਰਨੀ ਚਾਹਣਾ ਵੀ ਇੱਕ ਸਮਾਂ ਆਇਆ ਸੀ ਆਲੂ ਜਿਹੜਾ ਕਿ ਅਸੀਂ ਦਵਾਬੇ ਦੇ ਏਰੀਆ 'ਚ ਬੈਠੇ ਆ ਤੇ ਆਲੂ ਉਸੇ ਬੜਾ ਹੁੰਦਾ ਆ ਲੇਕਿਨ ਆਲੂ ਇੱਕ ਵਾਰੀ ਸਮਾਂ ਆ ਗਿਆ ਸੀ 2013-14 ਦਾ ਵੀ ਆਲੂ ਸੜਕਾ ਤੇ ਹੋ ਗਿਆ ਸੀ ਬਹੁਤ ਘੱਟ ਭਾਅ ਤੇ ਗੱਟੇ ਵਿਕਣ ਲੱਪੇ ਸੀ ਫਿਰ ਉਦੋਂ ਦਿਲ ਨਹੀਂ ਟੁੱਟਿਆ ਨਹੀਂ ਦਿਲ ਤਾਂ ਟੁੱਟਦਾ ਬਹੁਤ ਹੈ ਜੀ ਪਰ ਹੁਣ ਜਿਵੇਂ ਵੇਖੋ ਸਾਧਨ ਬਣਿਆ ਮਤਲਬ ਕੰਮ ਹੀ ਇਹ ਕਰਨਾ ਜੇ ਫੌਜੀ ਆ ਤਾਂ ਉਹਨੇ ਲੜਨਾ ਹੀ ਹੈ ਜੀ ਤੇ ਇਸ ਕਰਕੇ ਫਿਰ ਸਾਨੂੰ ਇਹ ਹੋ ਜਾਂਦਾ ਵੀ ਚੱਲ ਜੈਦਕੀਨੀ ਤੇ ਗਾਂ ਆ ਦੋ ਤਿੰਨ ਸਾਲ ਤੋਂ ਬਹੁਤ ਜ਼ਿਮੀਦਾਰ ਦਾ ਨੁਕਸਾਨ ਹੋਇਆ ਆ ਆਲੂ ਦੇ ਵਿੱਚ ਮੱਲ ਕਰੇ ਚਲੋ ਇਹ ਕਾਟੇ ਜਿਹੜੇ ਜੇ ਪਾਣੀ ਨਾਲ ਫਸਲ ਮਰੀ ਤੇ ਪਾਣੀ ਨਹੀਂ ਪੂਰੀ ਹੋਣੀ ਹੈ ਵੀ ਆਪੇ ਆਲੂਆਂ ਨੇ ਕਾਟੇਵਾਦੇ ਪੂਰੇ ਕਰਨੇ ਆ ਲੇਕਿਨ ਸਰਕਾਰਾਂ ਜ਼ਰੂਰ ਧਿਆਨ ਦੇਣ ਜੀ ਵੀ ਜਿਵੇਂ ਵੇਖੋ ਪ੍ਰਾਈਵੇਟ ਕੰਪਨੀਆਂ ਆਲੂ ਪੈਦਾ ਕਰਕੇ ਉਹ ਆਪਦਾ ਮਹਿੰਗੇ ਭਾਅ 'ਚ ਵੇਚ ਰਹੀਆਂ ਇਸੇ ਤਰ੍ਹਾਂ ਜ਼ਿਮੀਦਾਰ ਦੇ ਨਾਲ ਕੋਈ ਉਹਨਾਂ ਨੂੰ ਵੀ ਇਹੋ ਜਿਹਾ ਕਰਨਾ ਚਾਹੀਦਾ ਜਿਹੜਾ ਉਹ ਦੂਸਰੇ ਮੁਲਕ ਨੂੰ ਆਲੂ ਭੇਜਣ ਤੇ ਜ਼ਿਮੀਦਾਰ ਦਾ ਨੁਕਸਾਨ ਨਾ ਹੋਵੇ ਜਿਮੀਦਾਰ ਪੰਜਾਬ ਦਾ ਇੱਕ ਐਸਾ ਹੈ ਜੋ ਸਰਕਾਰ ਕਦੇ ਉਹ ਪੈਦਾ ਕਰ ਸਕਦੀ ਹੈ ਬਿਲਕੁਲ ਵੀ ਇਹਨਾਂ ਮਿਹਨਤੀ ਆਏ ਦੂਜੀਆਂ ਸਟੇਟਾਂ ਵੀ ਇਸ ਗੱਲ ਨੂੰ ਮੰਨਦੀਆਂ ਪੰਜਾਬ ਦਾ ਜਿਮੀਦਾਰ ਬਹੁਤ ਮਿਹਨਤੀ ਹੈ ਜੀ ਵੀ ਜੋ ਗੱਲ ਕਹਿਣ ਉਹ ਮਤਲਬ ਮੰਨੀ ਜਾ ਸਕਦੀ ਆ ਜਿਮੀਦਾਰ ਤਿਆਰ ਕਰਕੇ ਦੇ ਸਕਦਾ ਹੈ ਲੇਕਿਨ ਇੱਥੇ ਸਰਕਾਰਾਂ ਦੀ ਟੜਾਈ ਹੈ ਜਿਹੜੀ ਇਹ ਬਾਹਰਲੇ ਮੁਲਕਾਂ ਦੇ ਨਾਲ ਕੋਈ ਲੈਣ ਦੇਣ ਇਹੋ ਜਿਹਾ ਨਹੀਂ ਕਰਦੀਆਂ ਜਦੋਂ ਇਹ ਆਲੂ ਲੈਣਾ ਪਾਰ ਡਿਕ ਪਿੰਦਾ ਫਿਰ ਪੰਨੇਓ ਪੈਸੇ ਚਲੇ ਜਾਂਦੇ ਆ ਨੀਵਨਾ ਤੇ ਬਹੁਤ ਜਿਹੜੀ ਉਹ ਵੇਖੋ ਖਰਚੇ ਆ ਰਹੇ ਆ ਆਲੂ ਦਾ ਸਭ ਤੋਂ ਜ਼ਿਆਦਾ ਖਰਚੇ ਆਲੂ ਦਾ ਹੈ ਜੀ ਖੇਤੀ ਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਦੂਦੇ ਵਿੱਚ ਖਰਚਾ ਉਹ ਆਲੂ ਲੈ ਰਿਹਾ ਜਿਵੇਂ ਤੁਸੀਂ ਇਹ ਗੱਲ ਕਰ ਰਹੇ ਨੇ ਇੰਦਰ ਜੀ ਕਿ ਸਭ ਤੋਂ ਜ਼ਿਆਦਾ ਖਰਚਾ ਆਲੂ ਦਾ ਹੈ ਮੈਂ ਗੱਲ ਕਰ ਲਵਾਂ ਤਾਂ ਜਦੋਂ ਇੱਧਰ ਨੂੰ ਆਉਣੇ ਨਾ ਆਲੂ ਦੀ ਖੇਤੀ ਕਾਫੀ ਹੈ ਮੈਂ ਇੱਕ ਛੋਟਾ ਜਿਹਾ ਵੈਸੇ ਸਵਾਲ ਕਰਨਾ ਵੀ ਤੁਹਾਡੇ ਆਲੂ ਦੇ ਵਿੱਚ ਤੇ ਬਾਕੀ ਖੇਤਾਂ ਦੇ ਆਲੂ ਵਿੱਚ ਫਰਕ ਕੀ ਹੈ ਫਰਕ ਕੋਈ ਨਹੀਂ ਹੈਗਾ ਜੀ ਵੇਖੋ ਵੀ ਆਪ ਆਪਣਾ ਖੇਤੀ ਕਰਨ ਦਾ ਤਰੀਕਾ ਜੀ ਠੀਕ ਹੈ ਨਾ ਇਹਦਾ ਟਾਈਮ ਜਿਹੜਾ ਵਾ ਟਾਈਮ ਹਰੇਕ ਬੰਦੇ ਦਾ ਜਿੰਨੇ ਕੋਈ ਐਡਵਾਂਸ ਫਸਲ ਲਾ ਲਈ ਜਾਂ ਲੇਟ ਲਾ ਲਈ ਉਹ ਵੈਰੈਟੀ ਨਹੀਂ ਮਿਲਦੀ ਇੱਕ ਦੂਜੇ ਦਾ ਮੇਲ ਨਹੀਂ ਖਾ ਰਹੀ ਤੇ ਇਸੇ ਕਰਕੇ ਹੀ ਜਿਹੜਾ ਹਰੇਕ ਖੇਤ ਦਾ ਆਪੋ ਆਪਣਾ ਹੈਗਾ ਫਰਕ ਆਪੋ ਆਪਣਾ ਹਿਸਾਬ ਕਿਤਾਬ ਹਰੇਕ ਫਾਰਮਰ ਦਾ ਖੇਤੀ ਕਰਨ ਦਾ ਗੱਲ ਕਰ ਤੁਸੀਂ ਤੁਸੀਂ ਜਿਵੇਂ ਗੱਲ ਕਰਦੇ ਸੀ ਕਿ ਆਊਟਸਾਈਡ ਤੁਸੀਂ ਕੰਮ ਕਰਦੇ ਹੋ ਆਉਟਰ ਜਾਨੀ ਬਾਹਰਲੇ ਸੂਬਿਆਂ ਚ ਜਾ ਕੇ ਜਿਹੜਾ ਕਿ ਆਲੂ ਵੇਚਦੇ ਹੋ ਜਾਂ ਆਲੂ ਦਾ ਜੋ ਤੁਹਾਡਾ ਪ੍ਰੋਡਕਟ ਹੈਗਾ ਸਾਰਾ ਹੋ ਜਾਂਦਾ ਆ ਅ ਜਿਹੜਾ ਕਿ ਬਾਹਰ ਜਾਂਦੇ ਨੇ ਇਹ ਕੱਲ ਇੱਥੇ ਕਿਵੇਂ ਫਿਰ ਆਪ ਦਾ ਜਿਹੜਾ ਮੰਡੀਕਰਨ ਕਰਦੇ ਹਾਂ ਇੱਥੋਂ ਦਾ ਇਹ ਮੰਡੀਆਂ 'ਚ ਜਾਂਦਾ ਜੀ ਖਾਣ ਵਾਸਤੇ ਕੱਚਾ ਜਿਹੜਾ ਆਲੂ ਇਹਦੇ ਖਾਦ ਮੰਡੀਆਂ 'ਚ ਹੀ ਖਤ ਖਪਤ ਹੋ ਰਿਹਾ ਇੱਥੇ ਜਿਹੜਾ ਉਹਦਾ ਸੀਡ ਆ ਸੀਡ ਆਊਟ ਸਟੇਟ ਜਾਂਦਾ ਸੀਡ ਜਾਂਦਾ ਸੀਡ ਜਾਂਦਾ ਜਿਹੜਾ ਖਾਣ ਵਾਲਾ ਆਲੂ ਆ ਨਾ ਉਹ ਨਹੀਂ ਜਾਊਗਾ ਬਾਹਰ ਹਾਂਜੀ ਹਾਂਜੀ ਤੇ ਇੱਥੇ ਫਿਰ ਬਾਹਰ ਤਾਂ ਚਲੋ ਠੀਕ ਹੈ ਮੰਨਦੇ ਆ ਵੀ ਦੂਜਾ ਆਲੂ ਜਿਹੜਾ ਕੰਪਨੀਆਂ ਨੂੰ ਜਾਂਦਾ ਫੈਕਟਰੀਆਂ ਨੂੰ ਜਾਂਦਾ ਚਿਪਸਾਂ ਦੇ ਲਈ ਜਾਂ ਦੂਜੇ ਹੋਰ ਪ੍ਰੋਡਕਟ ਬਣਦੇ ਨੇ ਜਿਹੜਾ ਇੱਥੇ ਆਲੂ ਹੈ ਉਹ ਤੁਹਾਨੂੰ ਜਿਹੜੀ ਕਿ ਕਮਾਈ ਜਿਹੜੀ ਹੋਣੀ ਚਾਹੀਦੀ ਉਹ ਸਹੀ ਹੋ ਜਾਂਦੀ ਆ ਮਤਲਬ ਸੰਤੁਸ਼ਟੀ ਹੋ ਜਾਂਦੀ ਆ ਨਹੀਂ ਜੀ ਉਹਦਾ ਪੂਰਾ ਮੰਡੀਕਰਨ ਹੁਣ ਨਹੀਂ ਸਹੀ ਮੰਡੀਕਰਨ ਦਾ ਨਹੀਂ ਹੁਣ ਕਰਕੇ ਨਹੀਂ ਰੇਟ ਸਹੀ ਮਿਲ ਰਿਹਾ ਨਹੀਂ ਮਿਲਦਾ ਐਕੀ ਕੋਈ ਚਾਂਸ ਬਣਦੇ ਆ ਵੀ ਸ਼ਾਇਦ ਕੁਝ ਬਣ ਸਕੇ ਅਿੰਦਰ ਜੀ ਵੀਰ ਕਾਫੀ ਸਮਾਂ 1972 ਤੋਂ ਲੈ ਕੇ ਹੁਣ ਤੱਕ ਤੁਸੀਂ ਮਤਲਬ 2019 ਆ ਗਿਆ ਤੇ 50 55 ਸਾਲ ਹੋ ਗਏ ਹੋ ਗਏ ਹਨਾ ਕੀ ਇਹ ਸੰਤੁਸ਼ਟੀ ਹੁੰਦੀ ਆ ਹੁਣ ਕਿ ਨਹੀਂ ਤੁਹਾਨੂੰ ਵੀ ਗੱਲੇ ਦਾ ਜਦੋਂ ਆਪਾਂ ਆਪਣੀ ਮਿਹਨਤ ਕਰਦੇ ਨਾ ਮਿਹਨਤ ਦੇ ਉੱਤੇ ਮਾਣ ਹੁੰਦਾ ਹੈ ਜੀ ਜੀ ਵੀ ਕੋਈ ਬਾਜ਼ਾਰ ਦੇ ਵਿੱਚ ਕੋਈ ਚੀਜ਼ ਮਤਲਬ ਆਪਣੇ ਜੇ ਅਸੀਂ ਆਪਣੀ ਮਿਹਨਤ ਨਾਲ ਤਿਆਰ ਕੀਤੀ ਸਾਨੂੰ ਇਹ ਹੁੰਦਾ ਵੀ ਬਾਜ਼ਾਰ ਨਾਲ 10 ਵੀ 50 ਅਸੀਂ ਵੱਧ ਲੈ ਜਾਣੇ ਜੀ ਉਹਦਾ ਕਿਵੇਂ ਹੈ ਵੀ ਜਿਵੇਂ ਆਲੂ ਵੇਖੋ ਮਤਲਬ ਕੋਈ ਵੀ 22 ਦਿਨ ਦਾ 25 ਦਿਨ ਦਾ ਹੋ ਗਿਆ ਫਿਰ ਇੱਕ ਬੰਦੇ ਬੁਲਾਏ ਜਾਂਦੇ ਜਿਹੜੇ ਉਹ ਕੱਲੀ ਕੱਲੀ ਖੇੜ ਦੇ ਵਿੱਚ ਉਹਨਾਂ ਜਾ ਕੇ ਤੇ ਉਹਨੂੰ ਵਿੱਚੋਂ ਜਿਹੜਾ ਮਾੜਾ ਬੂਟਾ ਉਹ ਪੜ ਦੇਣਾ ਉਹਦੇ ਨਾਲ ਫਿਰ ਹੁੰਦਾ ਵੀ ਆਪਣੇ ਮਨ ਨੂੰ ਪਤਾ ਹੈ ਵੀ ਲੈ ਵੀ ਅਸੀਂ ਵੀ ਬੜੇ ਚੰਗੇ ਸੁਹਣੇ ਢੰਗ ਨਾਲ ਤਿਆਰ ਕੀਤਾ ਹੈ ਤੇ ਜਿਹੜੇ ਬੰਦਿਆਂ ਨੂੰ ਅਸੀਂ ਬੀਜ ਦੇ ਰਹੇ ਉਹ ਹੀ ਬੰਦੇ ਇਸ ਗੱਲ ਦੇ ਵਿੱਚ ਬੜਾ ਖੁਸ਼ ਆ ਵੀ ਲਾਈਫ ਸਾਨੂੰ ਜੇ ਬੀ ਪੈਸੇ ਕਰਦੇ ਤੇ ਬੜੇ ਸੋਨੇ ਢੰਗ ਨਾਲ ਆ ਰਿਹਾ ਇਹਨਾਂ ਜ਼ਰੂਰ ਹੈਗਾ ਵੀ ਜੇ ਦੇਖੋ ਬਾਜ਼ਾਰ 'ਚ 200 ਆ ਤਾਂ ਸਾਨੂੰ 200 250 ਰੁਪਏ ਜਿਹੜਾ ਉਹ ਮਿਲਣਾ ਹੈ ਜੀ ਉਹ ਸਾਸ ਨਾਲ ਹੀ ਅਸੀਂ ਇਸ ਕੰਮ ਨੂੰ ਮਤਲਬ ਇਹ ਨਹੀਂ ਵੀ ਜੇ ਮੰਦਾ ਆ ਗਿਆ ਤੇ ਮਿਹਨਤ ਕੱਟ ਕਰ ਦੇਣੀ ਮਿਹਨਤ ਜਿਹੜੀ ਉਹ ਆਪਦੀ ਉਸੇ ਢੰਗ ਨਾਲ ਰੱਖੀ ਹੈ ਜੇ ਬਚ ਗਿਆ ਤਾਂ ਵੀ ਬਰਾਬਰ ਆ ਗਿਆ ਤਾਂ ਵੀ ਚਲੋ ਇੱਕ ਅੱਜ ਦੀ ਖੇਤੀ ਦੀ ਗੱਲ ਕਰਦੇ ਆ ਮਸ਼ੀਨੀਕਰਨ ਹੋ ਗਿਆ ਹੱਥਾਂ ਤੋਂ ਖੇਤੀ ਤੁਸੀਂ ਸ਼ੁਰੂਆਤ ਕੀਤੀ ਆ ਮਸ਼ੀਨੀਕਰਨ ਹੋ ਗਿਆ ਖੇਤੀ ਕਰਦੇ ਮਸ਼ੀਨਾਂ ਨਾਲ ਦੇਖਦੇ ਹੋਵੋਗੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਟਰੈਕਟਰ ਛੋਟੇ ਲੈ ਫਿਰ ਵੱਡੇ ਵੀ ਲੈ ਲਏ ਹੁਣ ਕਿੰਨਾ ਕੁ ਫਰਕ ਆ ਗਿਆ ਕਿਸਾਨੀ ਜੋ ਨਿਗਾਰ ਸੇ ਜਾਣਦੀ ਹੈ ਉਹਦੇ ਵਿੱਚ ਵੱਡਾ ਦੋਸ਼ ਕੀ ਦਾ ਸਰਕਾਰਾਂ ਦਾ ਜਾਂ ਕਿਸਾਨਾਂ ਦਾ ਆਪ ਦਾ ਨਹੀਂ ਜ਼ਿਆਦਾ ਜਿਹੜਾ ਨਾ ਉਹ ਸਰਕਾਰਾਂ ਦਾ ਹੈ ਵੇਖੋ ਜਿਵੇਂ ਅੱਜ ਝੋਨੇ ਦੀ ਆਪਾਂ ਗੱਲ ਕਰੀਏ ਝੋਨਾ ਵੇਖੋ ਲੇਟ ਹੋ ਗਿਆ ਲੇਟ ਹੋਣ ਨਾਲ ਫਸਲਾਂ ਲੇਟ ਹੋ ਗਈਆਂ ਜਦੋਂ ਫਸਲਾਂ ਲੇਟ ਹੋ ਗਈਆਂ ਉਹ ਹਰ ਇੱਕ ਫਸਲ ਤੇ ਅਸਰ ਪਾ ਰਹੀਆਂ ਹੈ ਜਿਵੇਂ ਉਹਨਾਂ ਆਪਾਂ ਅੱਗੇ ਆਲੂ ਦੀ ਗੱਲ ਕੀਤੀ ਜੇ ਵਿਖੋ ਜਿੰਨੀ ਇੱਥੇ ਖਪਤ ਹੋਣੀ ਓਨੀ ਹੋਣੀ ਹੈ ਜੀ ਜਿਵੇਂ ਅੱਜ ਇਹ ਫਸਲ ਜ਼ਿਆਦਾ ਜਦੋਂ ਬਾਹਰਲੇ ਦੂਜੇ ਮੁਲਕ ਹੈ ਜਿਉਂ ਕਹਿ ਰਿਹਾ ਵੀ ਸਾਨੂੰ ਇਸ ਢੰਗ ਦਾ ਆਲੂ ਪੈਦਾ ਕਰਕੇ ਦਿਓ ਤਾਂ ਉਹ ਜਿਹੇ ਢੰਗ ਦਾ ਆਲੂ ਪੈਦਾ ਹੋ ਸਕਦਾ ਜੀ ਜਿਹੜੀਆਂ ਅੱਜ ਵਿਖੋ ਪ੍ਰਾਈਵੇਟ ਕੰਪਨੀਆਂ ਆਈਆਂ ਉਹਨਾਂ ਨੇ ਇਸੇ ਕੰਮ ਦੇ ਵਿੱਚੋਂ ਬਹੁਤ ਪੈਸਾ ਕਮਾਇਆ ਔਰ ਉਹਨਾਂ ਨੇ ਆਪਦੇ ਨਾਮ ਵੀ ਬਣਾਏ ਜੀ ਤੇ ਅੱਜ ਜੇ ਉਹਨਾਂ ਦਾ ਆਲੂ ਇਸ ਭਾਅ ਨਾਲ ਵੇਚ ਸਕਦਾ ਤਾਂ ਜਿਹੜਾ ਦੂਜਾ ਜਿਹੜਾ ਅਸੀਂ ਆਮ ਜ਼ਿਮੀਂਦਾਰ ਲਾਰੇ ਸਾਡੇ ਆਲੂ ਨੂੰ ਕੀ ਫਰਕ ਹੈ ਇਥੇ ਆਣ ਕੇ ਜਿਹੜੀਆਂ ਨੇ ਉਹ ਸਰਕਾਰਾਂ ਦੀ ਬਹੁਤ ਟਿਲਾਈ ਹੈ ਸਰਕਾਰਾਂ ਦੀ ਨੇ ਫਿਰ ਕਿਤੇ ਨਾ ਕਿਤੇ ਕਿਸਾਨਾਂ ਦੇ ਵਿੱਚ ਵੀ ਅਗਿਆਨਤਾ ਜ਼ਰੂਰ ਹੋ ਸਕਦੀ ਹੈ ਨਹੀਂ ਨਹੀਂ ਕਿਸਾਨ ਦੀ ਇਹ ਹੈ ਨਾ ਵੀ ਜੇ ਵੇਖੋ ਜੀਮੀਦਾਰ ਨੂੰ ਮਤਲਬ ਪਹਿਲਾਂ ਹੀ ਉਹ ਗੱਲ ਆਪਾਂ ਕਰੀਏ ਜੇ ਉਹਨਾਂ ਦੇ ਵੇਖੋ ਬਾਸਮਤੀ ਦੀ ਗੱਲ ਆਈ ਇਹਨਾਂ ਨੇ ਯਾਰਾਂ ਇੱਕ ਇਹ ਆਪਾਂ ਯੂਨੀਵਰਸਿਟੀ ਵਾਲਿਆਂ ਨੇ ਤਿਆਰ ਕੀਤੀ ਬੜੇ ਵਧੀਆ ਟੰਗ ਦੀ ਸੀ ਜਦੋਂ ਉਹ ਵੇਖੋ ਬਾਹਰਲੇ ਦੇਸ਼ ਵਾਲਿਆਂ ਨੇ ਵੀ ਉਹਨੂੰ ਬੜਾ ਪਸੰਦ ਕੀਤਾ ਤੇ ਜਦੋਂ ਮਤਲਬ ਜੀਮੀਦਾਰ ਨੇ ਜ਼ਿਆਦਾ ਲਾ ਲਈ ਮੜਕ ਸਟੋਨਾਂ ਵਾਲਿਆਂ ਨੇ ਸੈਲਨਾਂ ਵਾਲਿਆਂ ਨੇ ਉਹਨੂੰ ਵਿੱਚੋਂ ਮਿਲਾ ਕੇ ਕੁਆਲਿਟੀ ਦੀ ਗੁਣਵੱਤਾ ਘਟਾ ਦਿੱਤੀ ਉਥੇ ਜ਼ਿਮੀਂਦਾਰ ਦਾ ਕਸੂਰ ਨਹੀਂ ਹੈ ਜੀ ਅੱਜ ਜ਼ਿਮੀਂਦਾਰ ਤੁਸੀਂ ਵੇਖੋ ਖੇਤਾਂ 'ਚ ਵੇਖਦੇ ਆ ਕਿਸੇ ਦੀ ਕਾਇਨਕ ਤੁਹਾਨੂੰ ਮਾੜੀ ਨਹੀਂ ਦਿਸੇ ਕਿਸੇ ਦੇ ਝੋਨੇ 'ਚ ਰਲਾ ਨਹੀਂ ਦਿਸੇਗਾ ਜ਼ਿਮੀਂਦਾਰ ਜਿਹੜਾ ਉਹ ਆਪਦੀ ਮਿਹਨਤ ਅੱਜ ਵੀ ਪੂਰੀ ਕਰ ਰਿਹਾ ਹੈ ਭਾਵੇਂ ਉਹਨੂੰ ਬਚ ਨਹੀਂ ਰਿਹਾ ਅੱਜ ਉਹਦੇ ਜੇ ਆਪਾਂ ਪਰਿਵਾਰ ਦੇ ਖਰਚੇ ਲਈਏ ਬੱਚੇ ਤੋਂ ਲੈ ਕੇ ਬਜ਼ੁਰਗ ਬੰਦਾ ਸਾਰੇ ਕੰਮ ਕਰਦੇ ਖੇਤੀ 'ਚ ਕਰ ਰਿਹਾ ਇੱਕ ਦੁਕਾਨਦਾਰ ਬੰਦਾ ਉਹ ਥੋੜੇ ਕੰਮ ਦੇ ਵਿੱਚ ਉਹ ਆਪਦਾ ਸਾਰਾ ਪਰਿਵਾਰ ਦਾ ਕੰਮ ਚਲਾ ਰਿਹਾ ਹੈ ਲੇਕਿਨ ਉਹਦਾ ਇਹ ਆ ਵੀ ਉਹਨੇ ਜੇ ਚੀਜ਼ ਅੱਜ ਖਰੀਦ ਕੇ ਲਿਆਂਦੀ ਉਹ 50 ਰੁਪਏ 'ਚ ਲਿਆ ਉਹਨੇ 100 ਜ਼ਿੰਮੇਦਾਰ ਇਹ ਹੈ ਜੇ ਉਹਨੇ ਬੇਖੋ 100 ਰੁਪਇਆ ਲਾਇਆ ਉਹਨੂੰ ਇਹ ਨਹੀਂ ਪਤਾ ਮੇਰੇ 25 ਬੰਨੇ 50 ਬੰਨੇ ਇੱਥੇ ਆਣ ਕੇ ਜਿਹੜਾ ਬੜਾ ਫਰਕ ਪੈ ਰਿਹਾ ਹੈ ਇਹ ਜਿਹੜੀਆਂ ਸਰਕਾਰਾਂ ਇਹ ਜੇ ਧਿਆਨ ਦੇਣਗੀਆਂ ਤੇ ਫਿਰ ਜ਼ਿੰਮੇਦਾਰ ਬਚ ਸਕਦਾ ਨਹੀਂ ਤਾਂ ਇਸ ਵੇਲੇ ਜਿਹੜਾ ਜ਼ਿੰਮੇਦਾਰ ਉਹ ਆਪਾਂ ਸਾਰੇ ਜਾਣਦੇ ਆਂ ਵੀ ਮਿਹਨਤ ਕਰਨ ਦੇ ਬਾਵਜੂਦ ਵੀ ਘਾਟੇ ਵਾਲੇ ਬਨੇ ਜਾ ਰਹੇ ਆ ਸਰਕਾਰਾਂ ਦੀ ਜ਼ਿੰਮੇਵਾਰੀ ਵੱਡੇ ਪੱਤਰ ਤੇ ਬਣਦੀ ਹੈ ਕਿ ਤਾਂ ਜਿਹੜਾ ਜਿੰਮੇਵਾਰ ਜਿਹੜਾ ਨਿਗਾਰਾ ਚ ਜਿਹੜੀ ਕਿਸਾਨੀ ਜਾ ਰਹੀ ਹੈ ਉਹਨੂੰ ਉਭਾਰਿਆ ਜਾਵੇ ਤੇ ਜਿਹੜਾ ਕਿ ਕਿਸਾਨ ਨੂੰ ਸਹੀ ਸਮਰਥਨ ਜਿਹੜਾ ਮੁੱਲ ਹੈ ਉਹ ਮਿਲਣਾ ਚਾਹੀਦਾ ਆਲੂ ਦੀ ਖੇਤੀ ਤਾਂ ਹੋ ਗਈ ਇਸ ਤੋਂ ਇਲਾਵਾ ਹੋਰ ਫਿਰ ਕਿਹੜੀ ਕਿਹੜੀ ਖੇਤੀ ਕਰਦੇ ਹਾਂ ਦੇਖੋ ਜੀ ਅਸੀਂ ਜਦੋਂ ਆਪਣੇ ਕਣਕ ਬੀਜੀ ਹੋਈ ਆ ਵੀ ਉਹਦੀ ਕਣਕ ਵਿੱਚੋਂ ਸਾਡੇ ਕੋਲ ਥੋੜਾ ਰਕਬਾ ਕਣਕ ਦਾ 5-6 ਏਕੜ ਹੀ ਆ ਜਿਆਦਾ ਸਾਡੇ ਕੋਲ ਆਲੂ ਦਾ ਰਕਬਾ ਇਸ ਤੋਂ ਬਾਅਦ ਚ ਅਸੀਂ ਮੱਕੀ ਦੀ ਬਜਾਈ ਕਰਾਂਗੇ ਆਲੂ ਤੋਂ ਜੀ ਮੱਕੀ ਦੀ ਫਸਲ ਬਹੁਤ ਵਧੀਆ ਤੇ ਬਹੁਤ ਵਧੀਆ ਟਾਈਮ 'ਚ ਹੋ ਜਾਂਦੀ ਆ ਨੱਬੀ ਕ ਦਿਨ ਦੀ ਖੇਤੀ ਆ ਮੱਕੀ ਦੀ ਤੇ ਬੜਾ ਵਧੀਆ ਸਾਡਾ ਏਰੀਆ ਮੰਨ ਰਿਹਾ ਉਸ ਚੀਜ਼ ਨੂੰ ਚਾ ਮੱਕੀ ਤੋਂ ਡੇ ਯਾਨੀ ਕਿ ਇਧਰਲੇ ਏਰੀਆ ਜਿਆਦਾ ਵਧੀਆ ਹੁੰਦੀ ਆ ਮੱਕੀ ਮਸ਼ੀਨੀ ਕਰਨ ਦੇ ਤਰੀਕੇ ਨਾਲੀਆ ਮਸ਼ੀਨੀ ਕਰਨ ਉਹਨੂੰ ਮਸ਼ੀਨ ਦੇ ਨਾਲ ਹੀ ਬਜਾਈ ਹੁੰਦੀ ਆ ਉਹਦੀ ਤੇ ਮਸ਼ੀਨ ਦੇ ਹੀ ਨਾਲ ਕੱਟੀ ਜਾਂਦੀ ਹੈ ਕੰਬਾਈਨ ਦੇ ਨਾਲ ਹਾਂ ਕਿੰਨਾ ਆਮ ਜੀ ਗੱਲ ਕਰ ਲਈ ਕਿੰਨਾ ਕ ਝਾੜ ਨਿਕਲਦਾ ਹੈ ਮੱਕੀ ਦਾ ਮੱਕੀ ਚ ਮੁਨਾਫਾ ਕਿੰਨਾ ਕ ਮੱਕੀ ਇਦਾਂ ਜੀ ਦੇਖੋ ਪਿਛਲੇ ਸਾਲਾਂ ਜੀ ਦੇ ਵੀ ਬਹੁਤ ਮੰਦਾ ਰਿਹਾ ਪਿਛਲੇ ਸਾਲੇ ਦਾ ਮਾਰਕੀਟ ਰੇਟ ਬਿਲਕੁਲ ਠੀਕ ਰਿਹਾ ਤੇ ਇਹ ਵੀ ਲਾ ਲੋ ਤੁਸੀਂ 40 ਤੋਂ 50 ਕਵਿੰਟਲ ਗਿੱਲੀ ਨਿਕਲ ਜਾਂਦੀ ਮੱਕੀ ਹਾਂਜੀ ਗਿੱਲੀ ਜੀ 40 ਤੋਂ 50 ਕਵਿੰਟਲ ਪਿਛਲੇ ਸਾਲੇ ਦਾ ਰੇਟ ਰਿਆ ਜੀ ਗਿੱਲੀ ਮੱਕੀ ਦਾ 1500 ਰੁਪਇਆ ਜੀ ਤੇ ਸੁੱਕੀ ਜਿਹੜੀ ਮੱਕੀ ਮਾਰਕੀਟ 'ਚ ਵੇਖੀ 1800 ਤੋਂ 2000 ਰੁਪਇਆ ਸੋ ਕੀ ਕਹਿਣਾ ਚਾਹੁੰਦੇ ਹੋ ਜੇਕਰ ਮੈਂ ਕਿਸਾਨਾਂ ਦੀ ਗੱਲ ਕਰ ਲਾਵਾਂ ਅੱਜ ਤੁਸੀਂ ਵੀ ਨੌਜਵਾਨ ਹੋ ਫਾਦਰ ਸਾਹਿਬ ਨਾਲ ਜੁੜੇ ਹੋ ਕਿਸਾਨੀ ਕਰਦੇ ਹੋ ਲੇਕਿਨ ਬਹੁਤੇ ਨੌਜਵਾਨ ਕਿਸਾਨੀ ਦਾ ਖੇਤ ਤੋਂ ਭਜਦੇ ਨੇ ਕੀ ਸਨੇਹਾ ਉਹਨਾਂ ਨੂੰ ਕਿਸ ਨੇ ਆਇਆ ਵੀ ਆਪਦੇ ਵਧੀਆ ਢੰਗ ਨਾਲ ਖੇਤੀ ਕਰਨ ਮਿਹਨਤ ਪੂਰੀ ਕਰਨ ਖਰਚੇ ਘਟਾਉਣ ਜਿੱਥੇ ਆਪਣਾ ਫਰਜ਼ ਬਣਦਾ ਨਾ ਅੱਖਾਂ ਮੀਟ ਕੇ ਖੇਤੀ ਕਰਨ ਵਾਲਾ ਸਾਮਾ ਨਹੀਂ ਰਿਹਾ ਜੇ ਜਿਹੜੀ ਚੀਜ਼ ਲੋੜ ਆ ਨਾ ਫਸਲ ਨੂੰ ਉਹ ਹੀ ਪਾਈ ਜਾਵੇ ਵੀ ਜਦੋਂ ਕੋਈ ਗਾਲੂ ਦੀ ਖੇਤੀ ਕਰ ਰਿਹਾ ਉਹ ਪੰਜ ਬੈਗ ਡੀਏਪੀ ਤੇ ਪਾਈ ਜਾਂਦਾ ਹਾਲਾਂਕਿ ਉਹਨੂੰ ਆਪਾਂ ਉਹਦੀ ਮੈਪਿੰਗ ਨਹੀਂ ਕੋਈ ਕਰਾਉਂਦੇ ਕੋਈ ਮਿੱਟੀ ਟੈਸਟਿੰਗ ਨਹੀਂ ਕਰਾਉਂਦੇ ਵੀ ਜਾਨੀ ਕਿ ਬਿਲਕੁਲ ਧਿਆਨ ਰੱਖ ਕੇ ਖੇਤੀ ਕੀਤੀ ਜਾਵੇ ਖਰਚੇ ਘਟਾਏ ਜਾਣ ਤੇ ਖੇਤੀ ਕੋਈ ਮਾੜੀ ਨਹੀਂ ਹੈ ਕਰਨੀ ਤੁਸੀਂ ਗੱਲ ਛੇੜੀ ਆ ਡੀਏਪੀ ਦੀ ਤਾਂ ਕਿੰਨੇ ਕਿੰਨੀ ਲੋੜ ਆ ਕਿੱਲੇ ਦੇ ਹਿਸਾਬ ਨਾਲ ਜੇ ਗੱਲ ਕੀਤੀ ਜਾਵੇ ਤਾਂ ਕਿੰਨੀ ਕੁ ਲੋੜ ਹੁੰਦੀ ਆ ਦੇਖੋ ਜੀ ਇਹ ਆਪ ਆਪਣੀ ਜ਼ਮੀਨ ਤੇ ਆ ਜਿਹੜੇ ਹੁਣ ਸਾਡੀ ਜ਼ਮੀਨ ਦਾ ਪੱਧਰ ਆ ਇਹਦਾ ਚੱਲ ਰਿਹਾ ਇਹਨੂੰ ਅਸੀਂ 2 ਤੋਂ 2.5 ਬੈਗ ਕੁਝ ਵੈਰਾਈਟੀਆਂ ਨੂੰ 3 ਬੈਗ ਵੀ ਦੇਣੇ ਪੈਂਦੇ ਆ ਇਹ ਵੈਰਾਈਟੀ ਜਿਹੜੇ ਕੁਝ ਡਿਪੈਂਡ ਕਰਦਾ ਕੁਝ ਜ਼ਮੀਨ ਤੇ ਡਿਪੈਂਡ ਕਰਦਾ ਜ਼ਮੀਨ ਤੇ ਵੱਡੇ ਪੱਧਰ ਡਿਪੈਂਡ ਕਰਦਾ ਕਿ ਪਹਿਲਾਂ ਮੈਪਿੰਗ ਕਰਵਾਈ ਜਾਵੇ ਚੈੱਕ ਕੀਤਾ ਜਾਵੇ ਵੀ ਕਿਹੜਾ ਤਤ ਕਮੀ ਜਾਏ ਤਾਂ ਕਿਹੜਾ ਤਾਂ ਜ਼ਿਆਦਾ ਫਰੋਸ ਅਕੋਰਡਿੰਗ ਜਿਹੜੀ ਕਿ ਖਾਲ ਦਾ ਜੋ ਖਰਾਕ ਉਹ ਪਾਈ ਜਾਵੇ ਬਜ਼ੁਰਗ ਕੋ ਕੀ ਕਹਿਣਾ ਚਾਹੁੰਦੇ ਹੋ ਜੋ ਮੈਂ ਉਹੀ ਸਵਾਲ ਤੁਹਾਨੂੰ ਪੁੱਛਣਾ ਚਾਹਣਾ ਵੀ ਤੁਸੀਂ ਹੱਥੀ ਕੰਮ ਕੀਤਾ ਲੇਕਿਨ ਸਾਡੇ ਅਜ ਮਸ਼ੀਨਰੀ ਕਰਨ ਹੋਣ ਦੇ ਬਾਵਜੂਦ ਵੀ ਨੌਜਵਾਨ ਖੇਤੀ ਕਰਕੇ ਰਾਜੀ ਨਹੀਂ ਬਹੁਤੇ ਕਿਸਾਨ ਵੀ ਨਿਰਾਸ਼ਾ ਦੇ ਵਿੱਚ ਨੇ ਵੀ ਸਾਨੂੰ ਜਿਹੜੀ ਕਿ ਖੇਤੀ ਛੱਡ ਦੇਣੀ ਚਾਹੀਦੀ ਹੈ ਜਾਂ ਖੇਤੀ 'ਚੋ ਬਚਦਾ ਕੁਝ ਨਹੀਂ ਉਹਨਾਂ ਨੂੰ ਫਿਰ ਕੀ ਕਹਿਣਾ ਚਾਹਣਗੇ ਕਿ ਤੁਸੀਂ ਵੀ ਵੱਡੀ ਜੰਗ ਲੜੀ ਹੈ ਜਦੋਂ ਆਲੂਆਂ ਦੇ ਰੇਟ ਘਟ ਗਏ ਸੀਗੇ ਤੁਸੀਂ ਹਜੇ ਵੀ ਕਹਿੰਦੇ ਹੋ ਵੀ ਬਰਕਰਾਰ ਹੋ ਉੱਥੇ ਉਜੀ ਇਸ ਤਰ੍ਹਾਂ ਦੇਖੋ ਜਿਹੜੇ ਨੌਜਵਾਨ ਹਨ ਨਾ ਜਦੋਂ ਇਹਨਾਂ ਨੂੰ ਇਹ ਜਿਹੜੇ ਅਸੀਂ ਪੁਰਾਣੇ ਬੰਦੇ ਅਸੀਂ ਤਾਂ ਕਹਿੰਨੇ ਵਿਚ ਆ ਲੈ ਕਿਨੇ ਅੱਗੇ ਆਉਣ ਵਾਲੇ ਸਮਝ ਕਾਮਯਾਬ ਹੋ ਜਾਣਗੇ ਜਿਹੜੇ ਨੌਜਵਾਨ ਬੱਚਿਆਂ ਨੇ ਆਪਣਾ ਹਰ ਵੇਲੇ ਸਾਫ-ਸਫਾ ਕੱਢਦੇ ਆ ਪੰਜ ਇੰਨਾ ਪੈਸਾ ਲਾ ਕੇ ਇੰਨਾ ਖਰਚਾ ਕੀਤਾ ਇੰਨਾ ਨਹੀਂ ਬਚਿਆ ਤੇ ਆਪੜ ਕਰਨ ਦਾ ਕੀ ਫਾਇਦਾ ਇਸ ਕਰਕੇ ਜਿਹੜੇ ਨੌਜਵਾਨ ਬੱਚੇ ਹਨ ਇਸ ਪਾਸੇ ਨਹੀਂ ਆ ਰਹੇ ਜਿਹੜੇ ਜ਼ਿੰਮੇਦਾਰ ਭਰਾ ਉਹਨਾਂ ਨੂੰ ਇੱਕ ਬੇਨਤੀ ਆ ਜਿਵੇਂ ਆਪਾਂ ਝੋਨਾ ਲਾਉਨੇ ਆ ਝੋਨੇ ਨੂੰ ਆਪਾਂ ਦਵਾਈ ਨਾ ਪਾਈਏ ਤਾਂ ਆਪਾਂ ਬਚ ਸਕਦੇ ਹਾਂ ਉਹਦੇ ਵਿੱਚ ਜੀ ਵਿਖੋ ਨੂੰ ਖਾਦ ਪੈਣਾ ਪੂਰੇ ਢੰਗ ਤਰੀਕੇ ਨਾਲ ਪਾਈ ਹੋਵੇ ਜਿਹੜਾ ਬੰਦਾ ਛੱਤਾ ਮਾਰਦਾ ਉਹ ਮਤਲਬ ਵਿੱਚ ਧੂੜੀਆਂ ਨਾ ਪਾਵੇ ਤੇ ਬਿਮਾਰੀ ਜਿਹੜੀ ਬਹੁਤ ਘੱਟ ਆਉਂਦੀ ਹੈ ਬਿਲਕੁਲ ਇਹਦੇ ਵਿੱਚ ਚੋਨੇ ਦੇ ਵਿੱਚ ਕੁਦਰਤ ਨੇ ਮਿੱਤਰ ਕੀੜੇ ਜਿਹੜੇ ਜ਼ਿਆਦਾ ਪੈਦਾ ਕੀਤੇ ਆ ਅਸੀਂ ਕਾਫੀ ਸਮੇਂ ਤੋਂ ਚੋਨੇ ਨੂੰ ਮਤਲਬ ਦਵਾਈ ਨਹੀਂ ਪਾਉਂਦੇ ਆ ਰਹੇ ਜੀ ਤੇ ਅਸੀਂ ਉਹਨਾਂ ਨੂੰ ਵੀ ਸਲਾਹ ਦੇਾਂਗੇ ਵੀ ਤੁਸੀਂ ਵੀ ਥੋੜਾ ਥੋੜਾ ਤਜਰਬਾ ਕਰਕੇ ਇਸ ਬੰਨੇ ਆ ਲਓ ਜਦੋਂ ਆਪਾਂ ਦੁਕਾਨਾਂ ਤੇ ਜਾ ਕੇ ਕਹਿੰਦੇ ਜੀ ਅੱਜ ਸਾਡੇ ਮੇਰੇ ਪੱਤਾ ਲਵੇਟ ਸੁੰਢੀ ਆ ਗਈ ਅੱਜ ਮੇਰੇ ਆ ਹੋ ਗਿਆ ਉਹਨਾਂ ਦੇ ਜਦੋਂ ਆਪਾਂ ਕਿਸੇ ਦੇ ਕੋਲ ਜਾਣਾ ਉਹਨੇ ਤਾਂ ਆਪਾਂ ਨੂੰ ਕੁਝ ਦੇਣਾ ਹੀ ਹੈ ਇਸ ਕਰਕੇ ਤੁਸੀਂ ਜਿੰਨੇ ਵੀ ਜ਼ਿੰਮੇਵਾਰ ਹੈ ਆਪਾਂ ਆਪਣੀ ਸਮਝ ਚਾਣ ਕੇ ਜ਼ਿੰਮੇਵਾਰ ਬੜਾ ਸਿਆਣਪ ਨਾਲ ਕੰਮ ਕਰ ਰਹੇ ਇਹ ਨਹੀਂ ਵੀ ਉਹਨਾਂ ਦੀ ਕੋਈ ਗਲਤੀ ਹੈ ਪਰ ਇੱਥੇ ਹੋਰ ਸਿਆਣਪ ਕਰਨ ਦੀ ਲੋੜ ਹੈ ਕਿ ਜਿਹੜਾ ਅੱਜ ਦੀ ਮਹਿੰਗਾਈ ਦੇ ਸਮੇਂ ਚ ਥੋੜਾ ਬਹੁਤਾ ਬਚਿਆ ਜਾਵੇ ਜੀ ਬਿਲਕੁਲ ਸੋ ਵੱਡੇ ਪੱਧਰ ਤੇ ਸਿਆਣਾ ਪਚਾਈ ਦੀ ਆ ਗਿਆਨ ਹੋਣਾ ਚਾਹੀਦਾ ਹੈ ਜਿਵੇਂ ਕੇਂਦਰਜੀਤ ਜੱਜੀ ਨੇ ਦੱਸਿਆ ਕਿ ਤਜਰਬੇ ਦੇ ਨਾਲ ਖੇਤੀ ਕਰੋ ਤਾਂ ਜੋ ਜਿਹੜੇ ਕਿ ਅਗਿਆਨਤਾ ਆ ਜਾਂ ਜੋ ਨਿਗਾਰ ਦੇ ਵਿੱਚ ਕਿਸਾਨੀ ਗਈ ਹੋਈ ਆ ਉਹਦੇ ਵਿੱਚੋਂ ਬਾਹਰ ਲਿਆਂਦਾ ਜਾ ਸਕੇ ਤੇ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਇਆ ਜਾ ਸਕੇ ਸੋ ਮੈਂ ਉਮੀਦ ਕਰਦਾ ਕਿ ਖੇਤਾਂ ਦਾ ਪੁੱਤ ਜੋ ਅੱਜ ਦਾ ਐਪੀਸੋਡ ਸੀ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਤੇ ਜਿੰਨੀ ਜਾਣਕਾਰੀ ਆਲੂਆਂ ਦੀ ਖੇਤੀ ਨੂੰ ਲੈ ਕੇ ਤੁਹਾਨੂੰ ਚਾਹੀਦੀ ਸੀ ਉਹ ਤੁਹਾਨੂੰ ਮਿਲ ਗਈ ਹੋਵੇਗੀ ਜਾਂ ਹੋਰ ਕਿਸੇ ਖੇਤੀ ਬਾਰੇ ਜਾਣਕਾਰੀ ਲੈਣੀ ਹੈ ਤਾਂ ਸਾਨੂੰ ਤੁਸੀਂ ਕਮੈਂਟ ਕਰ ਸਕਦੇ ਹੋ ਇਸ ਜਾਂ ਸਾਨੂੰ ਮੈਸੇਜ ਕਰ ਸਕਦੇ ਹੋ ਸਾਡੇ ਫੇਸਬੁੱਕ ਪੇਜ ਤੇ ਤੇ ਇਦਾਂ ਹੀ ਤੁਹਾਡੇ ਲਈ ਖੇਤੀ ਨੂੰ ਲੈ ਕੇ ਹਰ ਤਰ੍ਹਾਂ ਦੇ ਤਰੀਕੇ ਦੇ ਤੁਹਾਨੂੰ ਦਿੰਦੇ ਰਾਵਾਂਗੇ ਤੁਹਾਡੇ ਅੱਗੇ ਪੇਸ਼ ਕਰੀਆਂ ਕਰਦੇ ਰਾਵਾਂਗੇ ਤਾਂ ਜੋ ਪੰਜਾਬ ਦੇ ਕਿਸਾਨਾਂ ਵਿੱਚ ਉਭਾਰ ਆ ਸਕੇ ਪੰਜਾਬ ਦੀ ਕਿਸਾਨੀ ਆ ਦੁਬਾਰਾ ਤੋਂ ਬਹਾਲ ਹੋ ਸਕੇ ਸੋ ਮੈਂ ਸੁਰਖਾਬ ਚੰਦ ਕੈਮਰਾਮੈਨ ਦਲਵੀਰ ਸਿੰਘ ਦੇ ਨਾਲ ਰੋਜ਼ਾਨਾ ਸਪੋਕਸਮੈਨ ਜਲੰਧਰ